ਦੱਸਣੇ ਆ। ਦਿਵਿਆ ਜੋਤੀ ਮੈਡਮ ਆ ਇੱਕ, ਠੀਕ ਹੈ ਜੀ, ਉਹਨੇ 8th ਕਲਾਸ ਦੀ ਬੱਚੀ ਨੂੰ ਚੱਲਦੇ ਪੇਪਰ ਚ ਕੁੱਟਿਆ ਜੀ। ਤੇ ਦੂਸਰੇ ਜਿਹੜੇ ਅੱਛਾ ਮੈਨੂੰ ਇਹ ਦੱਸੋ, ਕਈ ਵਾਰ ਕੁੱਟਿਆ, ਚਲੋ ਮੈਂ ਤੁਹਾਨੂੰ ਨੀ ਕਹਿੰਦੀ ਤੁਸੀਂ ਝੂਠ ਬੋਲਦੇ ਆ। ਸੁਣੋ ਜੀ, ਫਿਰ ਸੁਣੋ, ਇੰਟਰਪਟ ਨਾ ਕਰੋ, ਪਹਿਲਾਂ ਗੱਲ ਕਲੀਅਰ ਹੋਣ ਦਿਓ, ਉਸ ਤੋਂ ਬਾਅਦ ਪੂਰੀ ਆਪਾਂ ਗੱਲ ਕਰੋ ਨਾ। ਦੇਖੋ, ਬੱਚੇ ਨੂੰ ਕੁੱਟਿਆ ਗਿਆ ਚੱਲਦੇ ਪੇਪਰ ਚ, ਤੇ ਦੂਸਰੀ ਕਲਾਸ ਦੀਆਂ ਮੈਡਮਾਂ ਨੇ ਆ ਕੇ ਬੱਚੇ ਨੂੰ ਛੁਡਾਇਆ, 8th ਕਲਾਸ ਦਾ ਬੱਚਾ ਜੀ। ਦੇਖੋ, ਸਰਕਾਰ ਦੀਆਂ ਹਦਾਇਤਾਂ ਮੁਤਾਬਕ ਨਾ ਤਾਂ ਕਿਸੇ ਬੱਚੇ ਨੂੰ ਪਨਿਸ਼ਮੈਂਟ ਦਿੱਤੀ ਜਾ ਸਕਦੀ ਹੈ, ਨਾ ਸਰੀਰਕ ਨਾ ਮਾਨਸਿਕ। ਉਸ ਤੋਂ ਬਾਅਦ ਜੀ ਬੱਚਾ ਹੈਗਾ ਸ਼ਿਵਾਂਸ਼, ਠੀਕ ਹੈ ਜੀ। ਜੇ ਤੁਸੀਂ ਕਹੋ ਤਾਂ ਜਿਹੜਾ ਸਬੂਤ ਵਾ, ਗਵਾਹ ਵਾ, ਮੇਰੇ ਨਾਲ ਅੱਜ ਆਇਆ, ਸਾਰੇ ਪੇਰੈਂਟ ਦੇ ਸਾਹਮਣੇ ਦੱਸ ਦਿੰਦਾ ਵਾ, ਸੱਦ ਲੈਂਦੇ ਆ ਬੱਚੇ ਨੂੰ। ਮਿਨਹਾਸ ਮੈਡਮ ਨੇ ਉਹਨੂੰ 7-8 ਚਪੇੜਾਂ ਮਾਰੀਆਂ ਉਸ ਬੱਚੇ ਦੇ, ਤਾਂ ਉਹ ਬੱਚੇ ਦੇ ਗਲਤੀ ਕੀ ਸੀ? ਉਹ ਬੱਚਾ ਕਹਿੰਦਾ ਮੈਂ ਸਹੀ ਆ, ਮੈਡਮ ਕਹਿੰਦੇ ਮੈਂ ਸਹੀ ਆ, ਉਹ ਕਹਿੰਦਾ ਮੈਡਮ ਮੇਰਾ ਸਵਾਲ ਸਹੀ ਆ, ਮੈਡਮ ਕਹਿੰਦੇ ਨਹੀਂ ਮੇਰਾ ਸਵਾਲ ਸਹੀ ਆ, ਤੇ ਬੱਚੇ ਦੇ 7-8 ਚਪੇੜਾਂ ਮਾਰੀਆਂ, ਇਹ ਕਿੱਥੋਂ ਦੀ ਇਨਸਾਫੀ ਆ? ਦੱਸੋ ਇਹ ਕੀ ਆ ਜੀ, ਠੀਕ ਆ ਜੀ। ਕੀ ਇਸ ਅਸੀਂ ਜੇ ਮੈਡਮ ਅਸੀਂ ਮੈਟਰ ਉਠਾਉਣਾ ਹੁੰਦਾ ਨਾ, ਤਾਂ ਇਹ ਮੈਟਰ ਹੁਣ ਨੂੰ ਕਦੋਂ ਦਾ ਕੋਰਟ ਚ ਪਹੁੰਚਿਆ ਹੁੰਦਾ? ਪਰ ਅਸੀਂ ਚਾਹੁੰਦੇ ਹਾਂ ਸਕੂਲ ਸਾਡਾ, ਤੁਸੀਂ ਸਾਡੇ ਆ, ਸਾਨੂੰ ਤੁਹਾਡੇ ਤੱਕ ਪਹੁੰਚ ਕਰਨ ਹੀ ਨਹੀਂ ਦਿੱਤੀ ਜਾਂਦੀ। ਮੈਂ ਤੁਹਾਨੂੰ ਆਪਣੀ ਗੱਲ ਦੱਸਦਾ ਵਾਂ, ਮੈਨੂੰ ਕਹਿੰਦੇ ਜੀ ਫੀਸ ਦਿਓ, ਮੇਰੀ ਵਾਈਫ ਨੂੰ ਮਿੰਟ ਤੇ ਫੋਨ ਜਾਂਦਾ, ਫੀਸ ਦੇਣ ਲਈ ਪੈਸੇ ਲੈ ਕੇ ਆਇਆ। ਮੈਂ ਕਿਹਾ ਜੀ ਆਹ ਚੱਕੋ ਜੀ, 6,600 ਸ਼ਾਇਦ ਕੁਛ ਰੁਪਏ ਸੀ। ਤਾਂ ਮੈਂ ਦਫ਼ਤਰ ਦੇ ਵਿਚ ਗਿਆ, ਤਾਂ ਇੰਨਾ ਕੁ ਜਿਹੜਾ ਰੂਡਲੀ ਬਿਹੇਵੀਅਰ ਉਸ ਬੰਦੇ ਦਾ, ਉਹਨੇ ਮੇਰੇ ਕੋਲੋਂ ਸਲਿੱਪ ਫੜੀ, ਮੈਨੂੰ ਕਹਿੰਦਾ ਜੀ ਇਹਦੇ ਤੇ ਤੁਸੀਂ ਇਹ ਦੱਸੋ ਬਈ ਇਹਦੇ ਤੇ ਜਿਹੜਾ ਫੰਡ ਆ ਐਡ ਕੀਤਾ ਨਾਲ ਦੀ ਨਾਲ, 11,000 ਸ਼ਾਇਦ 19 ਰੁਪਏ ਬਣ ਗਏ, 11,000-19 ਰੁਪਏ ਬਣ ਗਏ। ਕਹਿੰਦੇ ਜੀ 11,000-19 ਰੁਪਏ ਹੈਗੇ ਤਾਂ ਦੇ ਦੋ, ਨਹੀਂ ਤਾਂ ਚਲ ਜਾਓ। ਮੈਂ 6,600 ਕੁਛ ਰੁਪਏ ਟੇਬਲ ਤੇ ਰੱਖੇ, ਉਹਨਾਂ ਨੇ ਮੇਰੇ ਪੈਸੇ ਆ ਚੱਕੇ ਪਾਸੇ ਕਰਤੇ। ਮੈਂ ਕਿਹਾ ਜੀ ਫੀਸ ਲੈ ਲਓ, ਕੋਈ ਨੀ ਫੰਡ ਅਗਲੀ ਅੱਜ। ਕਹਿੰਦੇ ਫੰਡ ਹੈਗਾ ਤਾਂ ਤੁਸੀਂ ਦੇ ਦੋ, ਅਦਰਵਾਈਜ਼ ਤੁਸੀਂ ਚਲੇ ਜਾਓ। ਮੈਡਮ ਦੇਖ ਲਓ ਬਿਹੇਵੀਅਰ ਕਿੱਦਾਂ ਦਾ, ਤੁਸੀਂ ਕਹਿੰਦੇ ਪੈਸੇ ਨਾਲ ਸਕੂਲ ਚੱਲਣਾ, ਤੇ ਤੁਹਾਡਾ ਜਿਹੜਾ ਸਟਾਫ ਆ ਉਹ ਪੈਸੇ ਧੱਕੇ ਮਾਰ ਰਿਹਾ। ਅਸੀਂ ਪੈਸੇ ਨੂੰ ਤਰਸ ਰਹੇ ਹਾਂ ਤੇ ਤੁਹਾਡੇ ਸਟਾਫ ਧੱਕਾ ਮਾਰ ਰਿਹਾ ਪੈਸਿਆਂ ਨੂੰ। ਦੇਖ ਲਓ ਕਿੱਦਾਂ ਦੀਆਂ ਗੱਲਾਂ ਬਾਤਾਂ ਹੋ ਰਹੀਆਂ, ਸਾਨੂੰ ਤੁਹਾਡੇ ਤੱਕ ਪਹੁੰਚਣ ਨਹੀਂ ਦਿੱਤਾ ਜਾ ਰਿਹਾ। ਤੁਸੀਂ ਕਹਿੰਦੇ ਕਿ ਸਾਡੇ ਨਾਲ ਸਿੱਧੀ ਗੱਲ ਕਰੋ। ਪਹਿਲਾਂ ਤਾਂ ਜਿਹੜੇ ਸਕੂਲ ਦਾ ਜਿਹੜਾ ਕਲਾਸ ਟੀਚਰ ਆ ਉਹ ਬੱਚਿਆਂ ਨੂੰ ਬਹੁਤ ਮਾੜਾ ਚੰਗਾ ਬੋਲਦਾ, ਘਰੇ ਆ ਕੇ ਪੇਰੈਂਟ ਨੂੰ ਦੱਸਦਿਆ ਅਸੀਂ ਜੇ ਸਟਾਫ ਕੋਲ ਜਾਂਦੇ ਹਾਂ ਉਹ ਸਾਡੀ ਗੱਲ ਨਹੀਂ ਸੁਣਦੇ, ਜੇ ਦਫ਼ਤਰ ਜਾਂਦੇ ਹਾਂ ਤਾਂ ਦਫ਼ਤਰ ਵਾਲੇ ਕਹਿੰਦੇ ਆ ਵੀ ਈਮੇਲ ਕਰੋ ਤਾਂ ਮੈਡਮ ਤੋਂ ਟਾਈਮ ਮਿਲੂਗਾ। ਮੈਡਮ ਹੁਣ ਈਮੇਲ ਕਰਕੇ ਤੁਹਾਨੂੰ ਮਿਲਿਆ ਕਰਾਂਗੇ ਅਸੀਂ, ਤੁਸੀਂ ਤੇ ਸਾਡੇ ਚ ਪਰਸਨਲ ਰਿਲੇਸ਼ਨ ਰਹਿਗੇ, ਅਸੀਂ ਈਮੇਲ ਨਾਲ ਮਿਲਿਆ ਕਰਾਂਗੇ, ਅਸੀਂ ਵੀ ਘਰੋਂ ਈਮੇਲ ਕਰਦਿਆ ਕਰਾਂਗੇ, ਈਮੇਲ ਤੇ ਪੈਸੇ ਭੇਜਦਿਆ ਕਰਾਂਗੇ, ਠੀਕ ਹੈ ਨਾ ਜੀ। ਦੇਖੋ ਤੁਸੀਂ ਕਹਿੰਦੇ ਅੱਜ ਅਸੀਂ ਮੈਟਰ ਤੇ ਫਸ ਗਏ ਤੁਹਾਡੇ ਕੋਲ, ਅੱਜ ਅਸੀਂ ਆ ਕੇ ਕੋਈ ਇਸ਼ੂ ਉਠਾਏ ਆ ਤਾਂ ਤੁਸੀਂ ਮਿੰਟ ਸਾਡੀ ਗੱਲ ਸੁਣਨ ਨੂੰ ਤਿਆਰ ਹੋ ਗਏ? ਇੱਕ ਮਿੰਟ ਲੋ, ਸਾਡੀ ਇੰਨੀ ਕੁ ਬੇਇੱਜ਼ਤੀ ਕਰਦਾ ਨਾ, ਅਸੀਂ ਨਮੋਛੀ ਨਾਲ ਹੀ ਮਰ ਜਾਂਦੇ ਹਾਂ, ਤੁਹਾਡੇ ਕੋਲ ਆਉਣ ਯੋਗ ਨਹੀਂ ਹੈਗੇ ਅਸੀਂ, ਠੀਕ ਹੈ। ਇੰਨਾ ਕੁ ਸਾਡੇ ਨਾਲ ਗਲਤ ਬਿਹੇਵ ਕਰਦੇ ਆ, ਤੁਸੀਂ ਉਹਨੂੰ ਬੋਲਣ ਦਾ ਤਰੀਕਾ ਹੀ ਨਹੀਂ। ਆ ਲੇਡੀਜ਼ ਬੀਬੀ ਵੀ ਸਾਡੇ ਕੋਲ ਆ ਪਾਰਵਾਲ ਤੋਂ, ਇਹਨਾਂ ਨੇ 4 ਬੱਚਿਆਂ ਦੀ ਫੀਸ ਦਿੱਤੀ, ਇਹਨੇ ਕਿਹਾ ਜੀ ਆ ਲੋ ਫੀਸ, ਉਹਨਾਂ ਨੇ ਕੀ ਕੀਤਾ 3 ਬੱਚਿਆਂ ਦੀ ਫੀਸ ਤੇ ਫੰਡ ਕੱਟ ਲਿਆ, ਚੌਥੇ ਬੱਚੇ ਦਾ ਫੰਡ ਕੱਟ ਕੇ ਫੀਸ ਹੱਥ ਚ ਫੜਾਤੀ ਵੀ ਆ ਲੋ ਜੀ ਫੀਸ ਫੜ ਲੋ, ਪਹਿਲਾਂ ਸਾਨੂੰ ਫੰਡ ਆ ਗਿਆ, ਹੁਣ ਪੂਰੀ ਫੀਸ ਲੈ ਕੇ ਆਉਂਗੇ ਤਾਂ ਤੁਹਾਡੇ ਬੱਚੇ ਦੇ ਪੇਪਰ ਹੋਣੇ, ਅਦਰਵਾਈਜ਼ ਹੋਣੇ ਨਹੀਂ, ਤਾਂ ਉਹ ਬੀਬੀ ਸਾਹਮਣੇ ਬੈਠੇ ਆ, ਸਬੂਤ ਤੁਹਾਡੇ ਕੋਲ ਆ।